पंजाब दे विच सरकारी प्राइमरी स्कूलां दे विच सफाई कर्मचारी दा औदा ही नहीं है, या फिर इंज कह लो कि पंजाब दे सरकारी प्राइमरी स्कूलां दे विच सफाई दी जिम्मेवारी इन्हां स्कूलां दे विच पढ़ाउण वाले अध्यापक या फिर इन्हां छोटे छोटे पढ़न वाले बच्चियां दी है। कुछ एक स्कूलां दे विच पिंडां दी पंचायतां सहयोग दे के आरजी सफाई कर्मचारी रख रहे ने, अते कुछ एक स्कूलां दे विच अध्यापक आपसी सहयोग दे नाल ही सफाई करवा रहे ने। सवेरे सवेरे कई स्कूलों के इन्हों छोटे छोटे बच्चों के हाथों के झाड़ू वेखे जा सकते हैं, जो अपनी पढ़ाई का काम शुरू करने तो पहला सफाई की जिम्मेवारी निभाते हैं। इन्हों स्कूलों के लंबे समय तो मांग उठती आ रही है कि जेकर इतने सफाई कर्मचारी स्थाई रूप के नाल नहीं रखा जा सकता तो कोई आरसी कर्मचारी ही रख लिया जाए, ता जो बच्चों के हाथों के स्कूल आते ही झाड़ू ना थमाया जा सके। रूपनगर जिले दे विच 588 सरकारी प्राइमरी स्कूल हैं, जिन्हां दे विच 197 हैड टीचर, 43 सेंटर हैड टीचर, 902 टीचर, 1142 अध्यापक, 169 सिक्ख्या प्रोवाइडर, कुल मिला के 1311 अध्यापक बच्चों पढ़ा रहे हैं। पर इन्हां 558 प्राइमरी स्कूलों दे विच एक भी सफाई कर्मचारी की असामी नहीं है। कुछ ही स्कूलों के पंचायत और अध्यापकों के निजी सहयोग नाल आरजी लोगों को सफाई के काम के लिए रखा गया। सर इतने सफाई वास्ते असी सफाई वास्ते एक लेडी रखी हुई जी, तो उसके द्वारा सफाई जी करवाई जाती है। उन्होंने पैसे जोड़े असी टीचर जोड़े सारे तिने टीचर जो कंट्रीब्यूट करके अपने को नहीं सरकारी पोस्ट को नहीं। हाँ जी सरकारी पोस्ट तो होनी चाहिए। ਸਵੀਪਰ ਦੀ ਡਿਮਾਂਡ ਕਰਦੇ ਹਾਂ ਅਸੀਂ, ਬੱਚਿਆਂ ਨਾਲ ਖੁਦ ਸਫਾਈ ਕਰਾਉਂਦੇ ਹਾਂ ਅਸੀਂ, ਆਪਣੇ ਕੋਲੋਂ ਪੈਸੇ ਵੀ ਦੋਨੇ ਟੀਚਰ ਲੈਂਦੇ ਹਾਂ ਸਫਾਈ ਕਰਾਉਣ ਲਈ। ਜੇ ਨਹੀਂ ਸਫਾਈ ਕਰਾਉਂਦੇ ਤਾਂ ਫਿਰ ਸਕੂਲ ਗੰਦਾ ਲੱਗਦਾ, ਅਸੀਂ ਤਾਂ ਘਾਹ ਵਗੈਰਾ ਵੀ ਆਪ ਢਵਾਉਂਦੇ ਹਾਂ ਬੱਚਿਆਂ ਨਾਲ ਰਲ ਕੇ, ਉਹ ਸਕੂਲ ਟਾਈਮ ਤੋਂ ਪਹਿਲਾਂ ਕਰਵਾਉਂਦੇ ਹਾਂ ਕੰਮ ਜੋ ਵੀ ਕਰਵਾਉਂਦੇ ਹਾਂ। ਜੋ ਸਿਰਫ ਕੁਝ ਹੀ ਘੰਟ ਲਈ ਸਕੂਲ ਦੇ ਵਿੱਚ ਰੁਕਦੇ ਹਨ, ਜਦਕਿ ਛੋਟੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਸਾਰਾ ਦਿਨ ਸਫਾਈ ਕਰਮਚਾਰੀ ਦਾ ਬਣਿਆ ਰਹਿਣਾ ਜ਼ਰੂਰੀ ਹੈ। ਇਹ ਸਾਡੇ ਦੇਸ਼ ਦੀ ਵੱਡੀ ਤ੍ਰਾਸਦੀ ਹੈ कि एक पासे देश दे विच स्वच्छ भारत मिशन चलाया जा रहा, दूजे पासे विद्या दे मंदरां दे विच सफाई करन लई कर्मचारी ही नहीं है। उधर रूपनगर दे जिला सिक्ख्या अधिकारी का कहना है कि उस दे ध्यान दे विच नहीं है कि सरकार सफाई कर्मचारी रखन दी कोई योजना बना रही है या नहीं। जिला रूपनगर दे विच 558 प्राइमरी स्कूल है जी, जिहदे विच 1144 अध्यापक काम कर रहे हैं, 169 ਸਾਡੇ ਕੋਲ ਜਿਹੜੇ ਹੈਗੇ ਸਿੱਖਿਆ ਪ੍ਰੋਜੈਕਟ ਹੈ, ਕੁੱਲ ਸਾਡੇ ਕੋਲ 1349 ਅਧਿਆਪਕ ਕੰਮ ਕਰ ਰਹੇ ਹੈ। ਪਿਛਲੇ ਸਮੇਂ 'ਚ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਹੋਇਆ ਸੀ, ਜਿਹਦੇ ਵਿੱਚ ਪੰਚਾਇਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਪੱਧਰ 'ਤੇ ਸਾਡੇ ਸਕੂਲਾਂ ਦੀ ਮਦਦ ਕਰਨ। ਉਹਦੇ 'ਤੇ ਬਹੁਤ ਸਾਰੇ ਪਿੰਡਾਂ 'ਤੇ ਕਾਰਵਾਈ ਹੋਈ ਆ, ਅਤੇ ਜੇ ਕਿਤੇ ਨਹੀਂ ਹੋਈ ਤਾਂ ਉੱਥੇ ਆਪਾਂ ਉਹਨਾਂ ਨੂੰ ਪ੍ਰੇਰਾਂਗੇ ਜੀ ਪੰਚਾਇਤਾਂ ਨੂੰ ਕਿ ਉਹ ਸਾਡੇ ਲਈ ਸਹਿਯੋਗ ਦੇਣ। ਵੈਸੇ ਵੀ ਪ੍ਰਾਇਮਰੀ ਸਿੱਖਿਆ ਵਿੱਚ ਪੰਚਾਇਤਾਂ ਦਾ SMC ਦੇ ਬਹੁਤ ਵੱਡਾ ਯੋਗਦਾਨ ਹੈ, ਜਿਹਦੇ ਕਰਕੇ ਅਸੀਂ ਅੱਗੇ ਵਧ ਰਹੇ ਹਾਂ। ਅਤੇ ਸਰਕਾਰੀ ਪੱਧਰ 'ਤੇ ਕਿੱਦਾਂ ਦਾ ਕੋਈ ਗਤੀਵਿਧੀ ਚੱਲ ਰਹੀ ਜਾਂ ਡਿਪਾਰਟਮੈਂਟ ਪੱਧਰ ਕਿਸ ਸੰਬੰਧੀ ਇਹਦੇ ਸਵੀਪਰ ਦੀ ਸਵੀਪਰ ਦੇ ਸੰਬੰਧੀ ਅਜੇ ਤੱਕ ਸਰਕਾਰ ਪੱਧਰ 'ਤੇ ਮੇਰੇ ਧਿਆਨ 'ਚ ਨਹੀਂ ਹੈ ਕੋਈ ਵੀ। ਇਸ ਸੰਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ ਕਿ ਸਕੂਲ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਝਾੜੂ ਵੀ ਹੋ ਸਕਦੇ ਨੇ, ਅਤੇ ਉਹਨਾਂ ਕਿਹਾ ਕਿ ਸਰਕਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਸਰਕਾਰੀ ਕਰਮਚਾਰੀ ਦਾ ਅਹੁਦਾ ਉਪਲਬਧ ਕਰਾ ਸਕੇ, ਪਰ ਸਮੇਂ-ਸਮੇਂ ਤੇ ਉਹਨਾਂ ਦੇ ਵੱਲੋਂ ਕੰਮ ਕਰਵਾਏ ਜਾਂਦੇ ਰਹਿੰਦੇ ਨੇ। ਸਿੱਖਿਆ ਮੰਤਰੀ ਦੇ ਬਿਆਨ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਝਾੜੂ ਬਣੀ ਰਹਿਣ ਦੀ ਸੰਭਾਵਨਾ ਅਜੇ ਵੀ ਹੈ। ਤਾਂ ਨਹੀਂ ਹੈ, ਝਾੜੂ ਦੇ ਬੱਚਿਆਂ ਨੂੰ ਤੇ ਨਹੀਂ ਦਿੱਤਾ ਜਾਂਦਾ, ਸੋ ਇਹ ਜ਼ਰੂਰ ਹੈ ਕਿ ਉੱਥੇ ਕੋਈ ਪੋਸਟ ਪੱਕੀ ਨਹੀਂ ਹੋ ਸਕਦੀ, ਕਿਉਂਕਿ ਥੋੜ੍ਹਾ ਫਾਈਨੈਂਸ਼ੀਅਲ ਕੰਸਟ੍ਰੇਂਟ ਜਿਵੇਂ ਪਹਿਲੇ ਮੈਂ ਕਿਹਾ ਹੈ ਉਸ ਤਰ੍ਹਾਂ ਹੈਗਾ। ਹੌਲੀ ਹੌਲੀ ਜੋ ਜੋ ਫਾਈਨੈਂਸਿਸ ਸੁਧਰਨਗੇ ਤਾਂ ਇਹਨਾਂ ਪਾਸੇ ਵੀ ਸੋਚਿਆ ਜਾਏਗਾ। ਅਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਕਾਫੀ ਸਾਰੀ ਸਕੀਮ ਪਾਈਪਲਾਈਨ 'ਚ ਨੇ, ਜਿਵੇਂ ਕੁੱਕ ਦੀ ਸੈਲਰੀ ਅਸੀਂ ਵਧਾ ਦਿੱਤੀ ਹੈ, ਪਹਿਲੇ 1200 ਸੀ, ਕਾਫੀ ਦੇਰ ਦੀ ਉਹਨਾਂ ਦੀ ਡਿਮਾਂਡ ਸੀ ਕਿ ਮਿਡ ਡੇ ਮੀਲ 'ਚ ਜਿਹੜੀ ਕੁਕਿੰਗ ਕਰਦੇ ਨੇ ਉਹਨਾਂ ਦੀ 1200 ਸੀ, ਅਸੀਂ ਉਹ 500 ਰੁਪਏ ਵਧਾ ਕੇ 1700 ਕਰ ਦਿੱਤੀ ਹੈ। ਸੋ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਅੱਗੇ ਟਾਈਮ ਆਏਗਾ ਉਵੇਂ ਉਵੇਂ ਲੋੜ ਦੇ ਮੁਤਾਬਿਕ ਕਰ ਦਿੱਤਾ ਜਾਏਗਾ। ਦਾਅਵੇ ਜ਼ਮੀਨੀ ਪੱਧਰ 'ਤੇ ਸਹੀ ਤਰ੍ਹਾਂ ਸਾਰਥਕ ਸਾਬਤ ਨਹੀਂ ਹੋ ਰਹੇ, ਜਿਸ ਦੇ ਚੱਲਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਦਿਨ ਬ ਦਿਨ ਡਿੱਗਦਾ ਜਾ ਰਿਹਾ।
माहरा का मनना है कि सिक्ख्या का पद्धर ता ही उपर चुकया जा सकता है जेकर सरकारी स्कूलों के इंफ्रास्ट्रक्चर पूरा हो सके और जरूरत के मुताबिक सारे अहदों के कर्मचारी पूरे हो सकन। थैंक्स फॉर वॉचिंग। जेकर थोड़ी साड़ी ये वीडियो पसंद आई है तो हिट द लाइक बटन और जेकर तुम होर अपडेट्स लेना चाहते हो तो साढ़े चैनल को सबसक्राइब करना ना भूलो।